ਨਿਹਾਲਾ ਲਵੇਰਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਹੈਗਾ ਜਿੱਥੇ ਕਿ ਇਸ ਵਕਤ ਅਸੀਂ ਖੜ੍ਹੇ ਹਾਂ। ਰਾਹਤ ਕਾਰਜ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਕਿ ਕੁਝ ਖਾਸ ਪ੍ਰਬੰਧ ਨਹੀਂ ਹੈ, ਸਮਾਜ ਸੇਵੀ ਸੰਸਥਾਵਾਂ ਨੇ, ਸਮਾਜ ਸੇਵੀ ਲੋਕ ਨੇ, ਉਹ ਇੱਥੇ ਜ਼ਰੂਰ ਪਹੁੰਚ ਰਹੇ ਨੇ। ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ। ਕੀ ਨਾਮ ਹੈ ਤੁਹਾਡਾ? ਨਿਸ਼ਾਨ ਸਿੰਘ ਜੀ। ਨਿਸ਼ਾਨ ਸਿੰਘ ਜੀ, ਹਾਲਾਤ ਕਿਸ ਤਰੀਕੇ ਦੇ? ਬਹੁਤ ਜੀ, ਪਾਣੀ ਸਾਬਣ ਜ਼ਿਆਦਾ ਬਹੁਤ ਆ ਰਿਹਾ ਹੈ। ਅੱਜ 3-4 ਦਿਨ ਹੋਏ ਇੱਥੇ ਪਹੁੰਚਿਆ ਹੀ ਨਹੀਂ। ਤੁਹਾਡਾ ਕੀ ਨਾਮ? ਮੇਰਾ ਨਾਮ ਬਖਸ਼ੀਸ਼ ਹੈ ਜੀ। ਮੈਂ ਰਾਈਟਰ ਵੀ ਹਾਂ, ਗੀਤ ਵਗੈਰਾ ਵੀ ਲਿਖਦਾ, ਇੱਥੇ ਦਾ ਰਹਿਣ ਵਾਲਾ। ਔਰ ਸਾਡੇ ਕੋਲ ਕੋਈ ਪ੍ਰਸ਼ਾਸਨ ਅਜੇ ਤੱਕ ਪਹੁੰਚਿਆ ਨਹੀਂ ਹੈ। ਔਰ ਇੱਕ ਦਿਨ ਮੈਂ ਤਾਂ ਕੋਈ ਮੈਂ ਡਰਦਾ ਵੀ ਨਹੀਂ ਹੈ ਕਿਸੇ ਸਰਕਾਰ ਤੋਂ ਵੀ। ਇੱਥੇ ਨਾ ਕੋਈ ਅਕਾਲੀ ਦਲ ਆਇਆ, ਨਾ ਕੋਈ BJP। ਪਿੰਕੀ ਸਾਹਿਬ ਕਾਂਗਰਸ ਦੇ ਜਿਹੜੇ ਮੌਜੂਦਾ MLA ਆ, ਉਹ ਇੱਕ ਦਿਨ ਆਏ ਆ, ਉਹਨਾਂ ਨੇ ਇੱਥੇ ਫੋਟੋ ਖਿਚਾ ਕੇ ਬੇੜੀ 'ਤੇ, ਉਹ ਵੀ ਤੁਰ ਗਏ। ਕੋਈ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਗੱਡੀਆਂ ਭਰ ਭਰ ਕੇ ਵੀ ਸਾਡੀਆਂ ਲਾਈਨ ਟੁੱਟੇ ਨਾ, ਉਦੋਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਦਿਖਾਵਾ ਦਿਖਾਉਂਦੇ ਆ। ਅਤੇ ਹੁਣ ਸਾਡੀ ਇੱਥੇ ਕੋਈ ਸਾਰ ਲੈਣ ਨਹੀਂ ਆਉਂਦਾ, ਬੰਨ ਤੋਂ ਹੋ ਕੇ ਮੁੜ ਜਾਂਦੇ ਆ। ਕੋਈ ਨਹੀਂ, ਆਹ ਸੇਵਾ ਸੰਸਥਾਵਾਂ ਵਾਲੇ ਮਾਝੇ 'ਚੋਂ ਆ ਰਹੇ ਆ, ਗੁਰਦੁਆਰਾ ਬਾਬਾ ਰਾਮ ਲਾਲ ਸਾਹਿਬ ਉੱਥੋਂ ਲੰਗਰ ਲਾਉਣ ਆ ਰਹੇ ਆ, ਅਤੇ ਦੂਰੋਂ ਦੂਰੋਂ ਲੋਕ ਸਾਡੀ ਸੇਵਾ ਕਰਨ ਵਾਸਤੇ ਆ ਰਹੇ ਆ ਲੋਕਾਂ ਦੀ। ਅਤੇ ਬਾਕੀ ਸਾਡਾ ਕੋਈ ਇੱਥੇ ਸਾਡਾ ਮੌਜੂਦਾ MLA ਨਹੀਂ, ਕੁਛ ਨਹੀਂ, ਕੋਈ ਪ੍ਰਸ਼ਾਸਨ ਨੇ ਕੋਈ ਖਬਰ ਨਹੀਂ ਲਈ। ਤੁਹਾਡੇ ਡਿਪਟੀ ਕਮਿਸ਼ਨਰ ਕਹਿ ਰਹੇ ਕਿ ਸਾਡੇ ਵੱਲੋਂ ਪੂਰੇ ਪ੍ਰਬੰਧ ਨੇ? ਕੋਈ ਪ੍ਰਬੰਧ ਨਹੀਂ ਗਾ ਜੀ, ਆਹ ਤੁਸੀਂ ਦੇਖ ਲਓ, ਕੋਈ ਬੇੜੀ ਨਹੀਂ ਗੀ। ਆਹ ਮੈਂ ਛੋਟੇ ਛੋਟੇ ਬੱਚੇ ਬਾਹਰੋਂ ਲੈ ਕੇ ਆਇਆ, ਮੈਂ ਘਰ ਲੈ ਕੇ ਜਾਣੇ ਆ, ਅਤੇ ਕੋਈ ਬੇੜੀ ਨਹੀਂ। ਮੈਂ 3-4 ਘੰਟੇ ਹੋ ਗਏ ਮੈਨੂੰ ਖੜ੍ਹੇ ਨੂੰ ਇੱਥੇ। ਹੁਣ ਫਿਰ ਕਿਵੇਂ ਲੈ ਕੇ ਜਾਓਗੇ ਬੱਚਿਆਂ ਨੂੰ? ਹੁਣ ਬੱਚਿਆਂ ਨੂੰ ਮੈਂ ਵੇਟ ਕਰ ਰਿਹਾ ਜੀ, ਬੇੜੀ ਆਈ ਤਾਂ ਲੈ ਕੇ ਜਾਵਾਂਗਾ, ਨਹੀਂ ਤਾਂ ਉਹਨਾਂ ਚਿਰ ਖੜ੍ਹਾ ਹੈ ਜੀ। ਹਾਂ, ਸਾਡੀ ਅਜੇ ਤੱਕ ਤਾਂ ਕੋਈ ਹੈਲਪ ਕਰਨ ਵਾਸਤੇ ਆਇਆ ਨਹੀਂ। ਜੇ ਕੋਈ ਆਉਂਦਾ ਇੱਥੋਂ ਮੁੜ ਜਾਂਦਾ, ਇੱਥੇ ਦਾ ਸਾਨੂੰ ਕੀ ਫਾਇਦਾ? ਜਦੋਂ ਘਰਾਂ 'ਚ ਸਾਡੇ ਡੰਗਰ ਭੁੱਖੇ ਬੱਝੇ ਆ, ਕੋਈ ਚਾਰਾ ਨਹੀਂ ਰਿਹਾ, ਝੋਨੇ ਦੇ ਗਲ ਗਲ ਪਾਣੀ ਹੈ ਸਾਡੇ। ਆ ਇੱਥੇ ਘੱਟ ਤੋਂ ਘੱਟ ਵੀ 30 ਫੁੱਟ ਪਾਣੀ ਹੈ ਫਾਟ ਦੇ ਵਿੱਚ। ਇੱਥੋਂ ਅਸੀਂ ਹੁਣ ਕਿੰਨਾ ਕਿਵੇਂ ਲੰਘਾਂਗੇ? ਜਿਹੜਾ ਨਤਾਰੂ ਬੰਦਾ ਨਹੀਂ ਲੰਘ ਸਕਦਾ। ਤੁਹਾਡਾ ਕੀ ਨਾਮ? ਮਨਦੀਪ ਸਿੰਘ, ਸਰਪੰਚ ਪਿੰਡ ਧੀਰਾ ਘਰਾ। ਕਿੰਨੇ ਕੁ ਪਿੰਡ ਹੈਗੇ ਆ ਇਸ ਤੋਂ ਅੱਗੇ ਜਿਹੜੇ ਪਿੰਡ ਹੈਗੇ ਨੇ? ਪਿੰਡ ਤਾਂ ਸਰ ਕਾਫੀ ਲੰਮੀ ਲਿਸਟ ਆ, ਹਰੀਕੇ ਵਾਲੇ ਹੈੱਡ ਵਰਕਸ ਤੋਂ ਲੈ ਕੇ ਸੈਨੀ ਵਾਲਾ ਬਾਰਡਰ ਤੱਕ, ਪਰ ਜਿਹੜੇ ਜ਼ਿਆਦਾ ਪ੍ਰਭਾਵਿਤ ਆ ਉਹ ਲਗਭਗ 1 ਦਰਜਨ ਪਿੰਡ ਹੋਣਗੇ, ਕਾਲੇ ਕਿਸਾੜ ਤੋਂ ਲੈ ਕੇ ਬੰਡਾਲਾ, ਧੀਰਾ ਘਰਾ, ਨਿਹਾਲਾ ਲਵੇਰਾ, ਹੋਰ ਵੀ ਅੱਗੇ ਬਹੁਤ ਜ਼ਿਆਦਾ ਪਿੰਡ ਨੇ। ਅਤੇ ਤੁਹਾਡੇ ਦੱਸਿਆ ਜਾ ਰਿਹਾ ਕਿ ਰਾਹਤ ਕਾਰਜ ਜੋ ਹੈ ਸਿਰਫ ਜੋ ਕੈਂਪ ਲੱਗਿਆ ਉਹ ਵੀ ਇੱਥੇ ਹੀ ਲੱਗਿਆ, ਤੁਹਾਡੇ ਪਿੰਡ ਦਾ ਕੋਈ ਵੀ ਨਹੀਂ ਪੁੱਛਿਆ? ਨਹੀਂ ਨਹੀਂ ਸਰ, ਉੱਥੇ ਅਜੇ ਤੱਕ ਨਾ ਕਿਸੇ ਨੇ ਪਹੁੰਚ ਨਹੀਂ ਕੀਤੀ। ਅਤੇ ਤੁਹਾਡੇ ਮਾਧਿਅਮ ਰਾਹੀਂ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਪਹਿਲਾਂ ਤਾਂ ਭਾਖੜਾ ਨੰਗਲ ਵਾਲਿਆਂ ਨੇ ਸਾਡੀ ਤਸੱਲੀ ਕਰਾ ਛੱਡੀ ਆ, ਸਾਡਾ ਨਾਕਟ ਬੋਇਆ। ਪਹਿਲਾਂ ਪਾਣੀ ਸਟੋਰ ਕਰਨ ਦੀ ਕੀ ਜ਼ਰੂਰਤ ਸੀ ਨਹੀਂ, ਜਦੋਂ ਪਤਾ ਸੀ ਬਰਸਾਤਾਂ ਹਿਮਾਚਲ 'ਚ ਇੰਨੀਆਂ ਹੋ ਰਹੀਆਂ। ਦੂਜੇ ਨੰਬਰ 'ਤੇ ਹੁਣ ਹੁਸੈਨੀ ਵਾਲਾ ਹੈੱਡ ਵਰਕਰਸ ਜਿਹੜਾ ਉੱਥੋਂ ਪਾਣੀ ਆ ਜਿਹੜਾ ਉਹ ਉਹਨਾਂ ਸਪਲਾਈ ਨਹੀਂ ਪਾਕਿਸਤਾਨ ਨੂੰ ਹੋ ਰਿਹਾ ਜਿੰਨਾ ਹੋਣਾ ਚਾਹੀਦਾ। ਜੇ ਉਹਦੇ ਕਿਤੇ ਦਰ ਚੱਕੇ ਜਾਣ, ਇੱਥੋਂ ਪਾਣੀ ਬਹੁਤ ਜਲਦੀ ਉਤਰੇਗਾ ਔਰ ਫਸਲਾਂ ਦਾ ਕੁਝ ਨਾ ਕੁਝ ਬਚਾਅ ਹੋ ਜਾਏਗਾ। ਸਰ, ਤੁਹਾਡੇ ਪਿੰਡ ਤੱਕ ਪਹੁੰਚ ਕੀਤੀ ਕਿਸੇ ਨੇ ਹੁਣ ਤੱਕ? ਕੋਈ ਅਰੇਂਜਮੈਂਟ ਹੋਏ ਹੈ ਖਾਣ ਦੇ, ਕਿਸ਼ਤੀ ਵਗੈਰਾ ਦੇ ਕੋਈ ਆਉਣ ਜਾਣ ਵਾਸਤੇ? ਨਹੀਂ ਸਰ, ਕਿਸ਼ਤੀ ਤਾਂ ਤਹਿਸੀਲਦਾਰ ਸਾਹਿਬ ਨੇ ਦਿੱਤੀ ਸੀ ਸਾਨੂੰ, ਉਸ ਤੋਂ ਇਲਾਵਾ ਫੌਜ ਵੀ ਰੈਸਕਿਊ ਕੁਝ ਹੱਦ ਤੱਕ ਹੈ, ਪਰ ਹੁਣ ਉਹਨਾਂ ਨਹੀਂ ਜਿੰਨਾ ਪ੍ਰਸ਼ਾਸਨ ਦਾ ਸਹਿਯੋਗ ਉਹਨਾਂ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਸੀ। ਤੁਹਾਡਾ ਕੀ ਨਾਮ ਭਾਈ? ਬਲਜਿੰਦਰ ਸਿੰਘ। ਬਲਜਿੰਦਰ ਜੀ, ਕਿੱਥੋਂ ਦੇ ਰਹਿਣ ਵਾਲੇ? ਇੱਥੋਂ ਨਿਹਾਲੇ ਲਵੇਰੇ ਪਿੰਡ ਦੇ ਰਹਿਣ ਵਾਲੇ ਜੀ। ਇਸ ਪਿੰਡ ਦੇ ਰਹਿਣ ਵਾਲੇ ਹੋ, ਇਸ ਵਕਤ ਹਾਲਾਤ ਜੋ ਨੇ ਪਿੰਡ ਦੇ, ਕੀ ਲੱਗਦਾ ਤੁਹਾਨੂੰ, ਕਿੰਨਾ ਟਾਈਮ ਹੋਰ ਲੱਗ ਜੂਗਾ ਤੁਹਾਨੂੰ, ਕਿਉਂਕਿ ਪ੍ਰਬੰਧ ਜੋ ਪੂਰੇ ਨਹੀਂ ਨੇ? ਹੋਰ ਸਰ, ਇਸ ਤਰ੍ਹਾਂ ਜੇ ਪਾਣੀ ਖੜਾ ਰਿਹਾ ਤਾਂ ਇਸ ਤਰ੍ਹਾਂ ਹੋ ਸਕਦਾ ਸਾਡੀ ਕਣਕ ਦੀ ਬਿਜਾਈ ਵੀ ਨਾ ਹੋਵੇ। ਜਿਹੜੇ ਹਾਲਾਤ ਬਣੇ ਹੋਏ ਆ, 7 ਦਿਨ ਹੋ ਗਏ, ਕੋਈ ਪੁੱਛਣ ਵਾਲਾ ਤਾਂ ਹੈ ਨਹੀਂ, ਨਾ ਸੈਣੀ ਵਾਲੇ ਤੋਂ ਪਾਣੀ ਕੱਢਿਆ ਜਾ ਰਿਹਾ ਹੈ। ਪਿੱਛੇ ਤੋਂ ਕੈਪਟਨ ਸਾਹਿਬ ਕਹਿੰਦੇ ਗਿੱਦੜਵਾੜੀ ਵਾਲਾ ਬੰਨ ਟੁੱਟ ਗਿਆ, ਉਹ ਬੰਨ ਨੂੰ ਬੱਝਣਾ, ਉੱਥੇ ਗੱਟੇ ਲਾਉਣ ਡਈ ਆਰਮੀ, ਅਤੇ ਪਾਣੀ ਜਿਹੜਾ ਹਰੀਕਿਆਂ ਤੋਂ ਇੱਧਰ ਨੂੰ ਛੱਡਿਆ ਜਾਵੇ, ਪਿੱਛੇ ਪਾਣੀ ਦਾ ਵਿਕਾਸ ਹੋ ਸਕੇ, ਉੱਧਰ ਬੰਨ ਵੱਧਾ ਜਾਵੇ। ਕੈਪਟਨ ਸਾਹਿਬ ਖੁਦ ਬਿਆਨ ਦੇਣ ਡਿਆ ਅਤੇ ਉਹਨਾਂ ਕੋਲ ਕੋਈ ਪ੍ਰਬੰਧ ਹੀ ਨਹੀਂ ਹੈਗੇ, ਖੁਦ TV 'ਤੇ ਬਿਆਨ ਦਿੰਦੇ ਪਏ ਪਾਣੀ ਅਗਲੇ ਮਹੀਨੇ ਆਉਣਾ ਸੀ, ਪਾਣੀ 1 ਮਹੀਨਾ ਪਹਿਲਾਂ ਆ ਗਿਆ, ਇਸ ਕਾਰਨ ਸਾਡੇ ਕੋਲ ਪ੍ਰਬੰਧ ਨਹੀਂ ਹੋਏ। ਅਤੇ ਹੋਰ ਪ੍ਰਬੰਧ ਇਹਨਾਂ ਕੋਲ ਵੋਟਾਂ ਲੈਣੀਆਂ ਹੁਣ ਤਾਂ 7 ਸਾਲ ਪਹਿਲਾਂ ਪ੍ਰਬੰਧ ਹੋ ਜਾਂਦੇ ਆ। ਜਦੋਂ ਹੁਣ ਕੀ ਲੱਗਦਾ ਇੱਥੇ ਸਰਕਾਰ ਤੁਹਾਡੇ ਦੁਆਰ 'ਤੇ ਆਈ ਹੈ? ਹੁਣ ਕੋਈ ਨਹੀਂ ਆਇਆ, ਸਾਨੂੰ ਤਾਂ ਸਰਕਾਰ ਦਾ ਇਹੀ ਲੱਗਦਾ, ਵੋਟਾਂ 'ਤੇ ਟਾਈਮ ਹੀ ਆਏਗੀ, ਅੱਗੇ ਪਿੱਛੇ ਸਰਕਾਰ ਨਹੀਂ ਇੱਥੇ ਆਉਂਦੀ। ਵੋਟਾਂ ਹੁਣ ਫਿਰ ਆਉਣਗੀਆਂ, ਫਿਰ ਕੀ ਕਰੋਗੇ? ਹਾਂ, ਫਿਰ ਆਉਣਗੇ, ਫਿਰ ਜੋ ਸਾਡੇ ਨਾਲ ਕੀਤਾ ਉਹੀ ਕਰਾਂਗੇ। ਜੇ ਪਿੱਛੇ ਆੜ ਆਏ ਸੀ ਉਦੋਂ ਦਾ ਖਰਾਬਾ ਤਾਂ ਮਿਲਿਆ ਨਹੀਂ, ਪਟਵਾਰੀਆਂ ਨੂੰ ਉਲਟਾ ਕਹਿ ਦਿੱਤਾ ਵੀ 2000 ਰੁਪਇਆ ਸਾਨੂੰ ਦਿਓ, 3 ਤੁਸੀਂ ਲੈ ਲਓ, ਕਿੱਥੋਂ ਲੈ ਲੈਣ? ਜੇ ਬਿਜਲੀ ਆ ਤਾਂ ਇੱਧਰ ਲੋਕ ਰਾਤ ਨੂੰ ਨੇਰੇ ਸੱਪ ਲੜ ਜੇ ਕੁਛ ਵੀ ਹੋ ਜੇ, ਲਾਈਟ ਦਾ ਪ੍ਰਬੰਧ ਨਹੀਂ ਗਾ ਅਤੇ ਇਹਨਾਂ ਲੋਕਾਂ ਨੂੰ ਕੰਨ 'ਤੇ ਜੂਹ ਨਹੀਂ ਸਰਕਦੀ। ਜੇ ਕਹੋ ਤਾਂ ਬਿਜਲੀ ਘਰ ਜਾਓ, ਬਿਜਲੀ ਘਰ ਵਾਲੇ ਕਹਿੰਦੇ ਆਪਦੀ ਮੌਤ ਦੇ ਆਪ ਲਿਖ ਕੇ ਦਿਓ ਸਾਨੂੰ, ਲਿਖ ਕੇ ਅਸੀਂ ਦੇਈਏ ਵੋਟਾਂ, ਇਹ ਲੈਣ ਲਿਖ ਕੇ ਅਸੀਂ ਆਪਦੀ ਮੌਤ ਦਈਏ। ਇੱਥੇ ਕੋਈ ਪ੍ਰਬੰਧ ਨਹੀਂ, ਕੋਈ ਪ੍ਰਸ਼ਾਸਨ ਨਹੀਂ, ਕੋਈ MLA ਨਹੀਂ ਮੌਜੂਦਾ ਪਹੁੰਚਿਆ, ਕੋਈ ਨਹੀਂ ਗਾ, ਸਭ ਡੋਬਣ 'ਤੇ ਹੋਏ ਨੇ। ਤਾਂ ਤੁਹਾਨੂੰ ਇੱਕ ਨਜ਼ਰ ਮਰਵਾ ਦਿੰਦੇ ਹਾਂ ਇਸ ਇਲਾਕੇ ਦੇ ਪੂਰੇ 'ਤੇ, ਤੁਸੀਂ ਦੇਖ ਸਕਦੇ ਹੋ ਫਸਲ ਜੋ ਹੈ ਉਹ ਵੀ ਪੂਰੇ ਤਰੀਕੇ ਨਾਲ ਇੱਥੇ ਜਲਮਗਨ ਹੈ। ਇੱਥੇ ਆ ਪਾਣੀ ਦਾ ਹਾਲਾਤ ਜੋ ਹੈ, ਬਿਲਕੁਲ ਕੁਛ ਇੱਕ ਏਰੀਆ ਹੈਗਾ ਜਿੱਥੇ ਕਿ ਇਹੋ ਜਿਹਾ ਹਾਲਾਤ ਹੈ, ਪਰ ਜੇਕਰ ਸਾਹਮਣੇ ਨਿਗਾਹ ਮਾਰੀਏ ਜੋ ਪਾਸਾ ਪਿੰਡ
जो है नाकामयाब हुई है, क्योंकि कोई सुविधा इन्हें नहीं मिल रही। लोगों का कहना कैंप जो लगाया गया वो भी सिर्फ वैस पिंड के बाहर, हालांकि इस तो अगर कई पिंड ने जितों तक हूँ तक भी रेस्क्यू ऑपरेशन नहीं पहुँचे है। बोर्ड की गल की जाए तो एक बेड़ी जरूर इन्हों को पिंड वाले को हैगी है, जिसते कि पूरे आ सारे पिंड निर्भर करते हैं। वह बेड़ी भी जो है इस वक्त पिंड में जाती है तो कई कई घंटे तक जो है बेड़ी वापस नहीं आती। फिलहाल वेखते हैं कि सरकार इन्हों की गल कोई सुनती है या फिर ये लोग जो ने अपने हाल से इस तरीके जीन लिए मजबूर हो गए। फिरोजपुर तो कैमरा पर्सन राजेश बागड़ी के साथ सूरज प्रकाश, दैनिक सवेरा टीवी। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हियर फॉर अ हेल्दी वेट लॉस एंड यू विल सी द रिजल्ट्स। थैंक यू सो मच।